बसपा ते श्रोमणी अकाली दल की सोच रलदी आ जी। श्रोमणी अकाली दल भी संघर्ष के विचों पैदा होया जी, ते बसपा भी संघर्ष के विचों पैदा हुई है। बसपा भी कुचले हुए गरीब लुताड़े हुए लोगों की नुमाइंदगी करते ने जी, ते असी भी उन्हां लोगों की नुमाइंदगी करते हैं जिहड़े आपके हक ते सच की लड़ाई लड़ते ने। 1996 जब गठजोड़ सीगा बसपा दे नाल, उस समय क्यों अलग हो गई? अलग उस वेले असी नहीं हुए जी, कुछ कारण बन गए जिन्हां कारणों करके सानू एक धिर चाहीदी सी। बीजेपी नालों अलग होके खुश है जां मजूस है? बगैर किसी सोचे समझे बिल लै आंदा, जदों बिल लै आंदा तो उस वेले साडा बीबा हरसिमरत कौर बादल ने जी रिजाइन देता कि असीं बिल्कुल इहो जी पार्टी 'च रहना नहीं चाहुंदे, इहो जे लाइन दे विच नहीं रहना चाहुंदे जिहड़ा साडी गल ना सुणे, जिहड़ा पंजाबियां दे हक्कां ते डाका मारे, जिहड़े असीं स्टेटां दे हक खोहण दा यतन करे, असीं उह पार्टी 'च नहीं रह सकदे। किसानां दे हक्कां दी खातर ही असीं बिल दा विरोध कीता, तो इस करके असीं उह वक्ख हो गए, असीं वक्ख हो गए। साडा मतलब उहनां नाल कोई सोच जिहड़ी आ ਉਹ ਨਹੀਂ ਰਲ ਸਕਦੀ, ਇਸ ਕਰਕੇ ਜਿਹੜਾ ਪੰਜਾਬ ਦੇ ਹੱਕਾਂ ਨਾਲ ਗਦਾਰੀ ਕਰੇ, ਪੰਜਾਬ ਦੇ ਹੱਕਾਂ ਦਾ ਵਿਰੋਧ ਕਰੇ, ਅਸੀਂ ਉਹਨਾਂ ਨਹੀਂ ਚੱਲ ਸਕਦੇ। ਮੋਦੀ ਸਾਹਿਬ ਕੇਵਲ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਜੀ। ਦੇਸ਼ ਦੇ ਪ੍ਰਧਾਨ ਮੰਤਰੀ 'ਚ ਕਿਸੇ ਨੂੰ ਵੀ ਮਾੜੀ ਜਿਹੀ ਚੀਰ ਆਵੇ, ਦੁੱਖ ਹੋਵੇ, ਤਾਂ ਪ੍ਰਧਾਨ ਮੰਤਰੀ ਦੁੱਖ ਹੋਣਾ ਚਾਹੀਦਾ ਜੀ। ਜੇ ਕਿਸਾਨ ਆਪਦੇ ਹੱਕਾਂ ਲਈ ਲੜਦੇ ਆ ਤਾਂ ਉਹ ਹੈ ਤਾਂ ਭਾਰਤੀ ਨੇ, ਬਿਲਕੁਲ ਹੈ ਤਾਂ ਹਿੰਦੁਸਤਾਨੀ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਨੋਟਿਸ ਭੇਜਿਆ ਗਿਆ, ਤਲਬ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਾਂਗਰਸ ਦੀ ਚਾਲ? ਇਹ 4.5 ਸਾਲ ਤਾਂ ਇਹਨਾਂ ਨੂੰ ਕੁਝ ਲੱਭਾ ਨਹੀਂ ਗਾ, ਹੁਣ ਜਾਣ ਬੁੱਝ ਕੇ ਆਪ ਜੋ ਕਿ ਇਹਨਾਂ ਦੀ ਪਾਰਟੀ 'ਚ ਬਖਰੇਵਾਂ ਬਹੁਤ ਵੱਧ ਗਿਆ, ਬਿਲਕੁਲ ਇਹਨਾਂ ਨੇ ਝੂਠ ਬੋਲ ਬੋਲ ਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਜੇ ਅਸੀਂ ਆਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਹੁਣ ਜਦੋਂ ਨਿਕਲਿਆ ਹੀ ਕੁਛ ਨਹੀਂ ਗਾ ਤੇ ਬਦੋ ਬਦੀ ਆਪਾਂ ਕਿਵੇਂ ਕਿਸੇ ਨੂੰ ਆਪਾਂ ਪਰਚਾ ਦਰਜ ਕਰ ਦਿਆਂਗੇ? ਬਿਲਕੁਲ ਪੰਜਾਬ ਦੇ ਲੋਕ ਧਰਮ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਸੱਚ ਮੰਨ ਲਿਆ, ਜੋ ਗੁਟਕਾ ਸਾਹਿਬ ਦੀ ਸਹੁੰ ਖਾਓਗੇ ਤੇ ਅਗਲਾ ਸੱਚ ਮੰਨ ਹੀ ਲੈਂਦਾ ਲੈਂਦਾ ਬਿਲਕੁਲ। ਤੇ ਗੁਟਕਾ ਸਾਹਿਬ ਦੀ ਸਹੁੰ ਖਾ ਰਿਹਾ, ਗੁਰਬਾਣੀ ਦੀ ਸਹੁੰ ਖਾ ਰਿਹਾ, ਕਹਿ ਰਿਹਾ ਦਮਦਮਾ ਸਾਹਿਬ ਮੈਂ 30 ਕਿਲੋਮੀਟਰ ਦਾ ਮੈਂ ਸਹੁੰ ਖਾਨਾ, ਤੇ ਫਿਰ ਬਾਕੀ ਰਹਿ ਕੀ ਜਾਂਦਾ? ਉਹ ਕਹਿੰਦੇ ਸਹੁੰ ਖਾਧੀ ਬੜਾ ਵੇਖ ਲੈਂਦੇ ਆ, ਤੇ ਫਿਰ ਨਿਕਲਿਆ ਕੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਜੀ, ਤੇ ਸਾਰੇ ਕਿੱਤਿਆਂ ਦੇ ਲੋਕ ਪਿਆਰ ਕਰਦੇ ਉਹਨਾਂ ਨੂੰ, ਤੇ ਇਸ ਕਰਕੇ ਉਹ ਉਹਨਾਂ ਨੂੰ ਸੰਮਨ ਕਰਦੇ। ਮੈਂ ਤਾਂ ਕਹਿੰਦਾ ਇਹ ਤੋਂ ਵੱਡਾ ਪਾਪ ਕੋਈ ਨਹੀਂ ਗਾ, ਪਰ ਫਿਰ ਵੀ ਜੇ ਸਰਕਾਰ ਦੇ ਨਿਗਾਹ 'ਚ ਕੋਈ ਹੈਗਾ ਕਰਕੇ ਵੇਖ ਲਵੇ ਜੀ। ਇੱਦਾਂ ਦਾ ਨਚਾਰ ਜੇ ਬੰਦੇ ਆਣ ਕੇ ਮੁੱਖ ਮੰਤਰੀ ਕੋ ਆਮ ਆਦਮੀ ਪਾਰਟੀ ਦਾ ਬਿਲਕੁਲ ਭਗਵੰਤ ਮਾਨ, ਲੈ ਉਹ ਗਾਉਂਦਾ ਗਾਉਂਦਾ ਆਣ ਕੇ ਦੇ ਮੈਂ ਮੁੱਖ ਮੰਤਰੀ ਦੇ ਸੁਪਨੇ ਲੈਣ ਲੱਗ ਗਿਆ, ਇਸ ਕਰਕੇ ਲੋਕ ਜਿਹੜੇ ਨੇ ਜਿਵੇਂ ਬਰਸਾਤ ਪੈਂਦੇ ਡੱਡੂ ਨਿਕਲਦੇ ਆ ਨਾ, ਇਹ ਤਾਂ ਨਿਕਲਦੇ ਜ਼ਰੂਰ ਹੁੰਦੇ ਆ ਪਰ ਬਰਸਾਤ ਤੋਂ ਬਾਅਦ ਖਤਮ ਹੀ ਹੋ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁੱਖ ਗਿੱਲ। ਅੱਜ ਅਸੀਂ ਮੌਜੂਦ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਘੇ ਆਗੂ ਨੇ ਹੀਰਾ ਸਿੰਘ ਦਾਬੜੀਆ ਜੀ, ਉਹਨਾਂ ਦੇ ਨਾਲ ਮੌਜੂਦ ਹਾਂ ਕਿਉਂਕਿ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਵੀ ਆ, ਇੱਥੇ ਸਮਾਗਮ ਵੀ ਚੱਲ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇ ਮੌਜੂਦਾ ਵਿਸ਼ੇ ਨੇ ਪੰਜਾਬ ਦੇ, ਉਹਨਾਂ 'ਤੇ ਆਪਾਂ ਡਿਸਕਸ ਕਰਨ ਵਾਸਤੇ ਗਾਬੜੀਆ ਸਾਹਿਬ ਕੋਲ ਆਏ ਹਾਂ। ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਗਾਬੜੀਆ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਵਾਲ ਗਾਬੜੀਆ ਸਾਹਿਬ ਮੇਰਾ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਦੇ ਨਾਲ ਗੱਠਜੋੜ 25 ਸਾਲਾਂ ਬਾਅਦ ਦੁਬਾਰੇ ਕਿਉਂ ਕਰਨਾ ਪਿਆ? ਪਹਿਲੀ ਗੱਲ ਤਾਂ ਇਹ ਆ ਕਿ ਅੱਜ ਮੈਂ ਸ਼ਹੀਦਾਂ ਦੇ ਸਰਤਾਜ 5ਵੇਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਲੱਖ ਲੱਖ ਵਾਰਾ ਪ੍ਰਣਾਮ ਕਰਦਾ ਅਤੇ ਸਮੁੱਚੇ ਵਰਡ ਦੀਆਂ ਸਿੱਖ ਸੰਗਤਾਂ ਨੂੰ ਇਹ ਸ਼ਹੀਦੀ ਦਿਹਾੜੇ ਦੀ ਵਧਾਈ ਦਿੰਦਾ, ਕਿਉਂਕਿ ਅਸੀਂ ਸ਼ਹੀਦੀਆਂ ਵੀ ਖੁਸ਼ੀ ਨਾਲ ਦਿੰਦੇ ਹਾਂ, ਜਨਮਦਿਨ ਵੀ ਖੁਸ਼ੀ ਨਾਲ ਮਨਾਉਂਦੇ ਹਾਂ, ਤਾਂ ਇਸ ਕਰਕੇ ਅੱਜ ਜਿੱਥੇ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੇ ਹਾਂ ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜੇ 'ਤੇ ਬੜੇ ਬੜੇ ਸਮਾਗਮ ਕੀਤੇ ਜਾ ਰਹੇ ਨੇ ਜੀ। ਜਿੱਥੋਂ ਤੱਕ ਤੁਹਾਡਾ ਸਵਾਲ ਆ ਕਿ ਬਸਪਾ ਨਾਲ ਸਮਝੌਤਾ ਕੀਤਾ ਤੁਸੀਂ, ਹਾਂਜੀ, ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਰਲਦੀ ਆ ਜੀ।
श्रोमणी अकाली दल भी संघर्ष के विचों पैदा होया जी, तो बसपा भी संघर्ष के विचों पैदा हुई है जी। श्रोमणी अकाली दल का बहुत वड्डा इतिहास आ, जो 100 साल तो उपर की पार्टी आ जी, और इन्होंने 100 साल के ही जे आप लेखा जोखा कर लगीए जी, तो बहुत वड्डिया कुरबानियां, बहुत वड्डिया शहादत देश की आज़ादी लिए, देश की आज़ादी तो पहला और पंजाब लिए, पंजाब के हितों लिए, और श्रोमणी अकाली दल पंथ की चढ़ती कला लिए इन्होंने कुरबानियां दित्तियां ने जी। बसपा भी कुचले हुए गरीब लताड़े हुए लोगों की नुमाइंदगी करते हैं जी, तो असी भी उन्हां लोगों की नुमाइंदगी करते हैं जिहड़े आपके हक ते सच की लड़ाई लड़ते हैं, चाहे वह मजदूर हो, चाहे छोटे व्यापारी हो, चाहे किसान हो, दुकानदार हो, मुलाजम हो जी, तो जिन्निया भी जथेबंदियां ने जिहड़ियां पंजाब दे विच कम करदियां ने, श्रोमणी अकाली दल उन्होंने हकों लिए, उन्होंने हितों लिए हमेशा लड़ता रहा, तो इस करके साड़ी सोच रल गई जी, सोच रलन के नाल ही यह समझौता होया जी। 1996 जब तुहाडा गठजोड़ सीगा बसपा दे नाल, उस समय क्यों अलग हो गई? अलग उस वेले असी नहीं होए जी, कुछ कारण बन गए जिन्हां कारणां करके सानूं एक धिर चाहीदी सी जी, क्योंकि साड़ियां बहुत सारियां डिमांडां ने लंबे समय तो देश की आज़ादी तो पहलों भी सी, पर देश की आज़ादी तो बाद भी जी, जो उस वेले कांग्रेस सरकार दे लीडरां ने वादे किए थे सिखां दे नाल, पंजाबियों दे नाल, पंजाब दे नाल जी, वो वादे तो मुकर गए जी। उस वेले असीं सोचा भी दूसरी धिर होनी चाहीदी आ, तो उस वेले सरदार प्रकाश सिंह बादल साहब और चौधरी देवी लाल, चौधरी चरण सिंह और इन्हां लोकां ने फिर एक जनता पार्टी बनाई सी जी, जनता पार्टी जी। जनता पार्टी नूं उस वेले सारियां जिहड़ियां पार्टियां सी उहदे विच शामिल सीगियां, उस वेले उस वेले जनता पार्टी ने हिंदुस्तान दे विच एक इनकलाब लियांदा सी, उहदे विच श्रोमणी अकाली दल भी सीगा जी, इस करके असी उहनां नाल जुड़े सी ओके, असी कोई उस वेले भारतीय जनता पार्टी नहीं सी, उस वेले जनता पार्टी सी जी, तो इस करके जनता पार्टी नाल जुड़न दे करके मुड़ के वक्खरी गल आ कि हौली हौली बरखेम बखरेम वधदे गए, वधदे वधदे वह भारतीय जनता पार्टी बन गई, तो इस करके चौथ अटल बिहारी वाजपेई तो सरदार प्रकाश सिंह बादल की नेड़ता वध गई जी, और पंजाब के मसलियां लई उन्होंने हाँ दे चहार ला ली भी असीं तुहाडे सारे मसले हल कर देंगे, तो इस करके तुसीं साडा साथ दिओ जी। ते श्रोमणी अकाली दल बीजेपी नालों अलग हो के खुश है या मायूस है? देखो जी, ये जिहड़ी राजनीति सोच हुंदी आ ना जी, इहदे विच जे तां चलदिआं चलदिआं रस्ते दे विच सोच बनी रहे हाँ जी, फिर ठीक आ जी, पर साडी सोच जिहड़ी सी पंजाब दी आ जी, ते पंजाब दा मेन जिहड़ा किसान आ जी, ते किसानां दे मसले आए, किसानां दे मसलिआं ते उहनां नूं असीं बहुत वारी कहा साडी लीडरशिप ने कि इह बहुत वड्डा जरूरी आ, इह देश दा हिस्सा ने, बार्डर स्टेट आ, इहनूं हल करना चाहीदा जी, वह कहिंदे बिल्कुल हल करांगे, तुसीं जो कहोगे कर देंगे जी, लेकिन जिस वेले नोटिफिकेशन जारी होए उहदे ऑर्डिनेंस ऑर्डिनेंस दे विच फिर जाके मिले उन्हां नूं जी, कहिण लगे तुसीं ऑर्डिनेंस जारी करते पर जब तक उन्हां नाल गल नहीं कर लैंदे तुसीं किसानां दे नाल जां पंजाब दे व्यापारियां नाल, उन्हां चिर कोई गल ना करो तुसीं जी, उन्हां ने बगैर किसे सोचे समझे बिल लै आंदा, जो बिल लै आंदा तो उस वेले साडा बीबा हरसिमरत कौर बादल ने जी रिजाइन देता कि असीं बिल्कुल इहो जी पार्टी 'च रहना नहीं चाहुंदे, इहो जे लाइन दे विच नहीं रहना चाहुंदे जिहड़ा साडी गल ना सुणे, जिहड़ा पंजाबियां दे हक्कां ते डाका मारे, जिहड़े असीं स्टेटां दे हक खोहण दा यतन करे, असीं उह पार्टी 'च नहीं रह सकदे जी, और असीं जिथे रिजाइन दिता उत्थे डट के साडे प्रधान श्रोमणी अकाली दल मैंबर पार्लीमेंट जी उहनां ने डट के इस बिल का विरोध किया, ये ठीक है कि उन्होंने पास करके धक्के नाल, पर असी वो डर के उस दिन तो असी ये किसानों के नाल पहलों ही किसानों के नाल सीगे जी, किसानों के हितों की खातर ही अं रिजाइन दिता,
ਕਿਸਾਨਾਂ ਦੇ ਹੱਕਾਂ ਦੀ ਖਾਤਰ ਹੀ ਅਸੀਂ ਬਿੱਲ ਦਾ ਵਿਰੋਧ ਕੀਤਾ ਤੇ ਇਸ ਕਰਕੇ ਅਸੀਂ ਉਹ ਵੱਖ ਹੋ ਗਏ ਅਸੀਂ ਵੱਖ ਹੋ ਗਏ ਸਾਡਾ ਮਤਲਬ ਉਹਨਾਂ ਨਾਲ ਕੋਈ ਸੋਚ ਜਿਹੜੀ ਆ ਉਹ ਨਹੀਂ ਰਲ ਸਕਦੀ ਇਸ ਕਰਕੇ ਜਿਹੜਾ ਪੰਜਾਬ ਦੇ ਹੱਕਾਂ ਨਾਲ ਗਦਾਰੀ ਕਰੇ ਪੰਜਾਬ ਦੇ ਹੱਕਾਂ ਦਾ ਵਿਰੋਧ ਕਰੇ ਅਸੀਂ ਉਹਨਾਂ ਨਾਲ ਨਹੀਂ ਚੱਲ ਸਕਦੇ ਤੇ ਵਿਰੋਧੀ ਧਿਰਾਂ ਦੇ ਇਲਜ਼ਾਮ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹਾਮੀ ਭਰੀ ਆ ਬੀਜੇਪੀ ਸਰਕਾਰ ਨੂੰ ਕਿ ਇਹ ਕਾਨੂੰਨ ਜਿਹੜੇ ਆ ਵਧੀਆ ਆ ਇਹ ਲਾਗੂ ਕਰ ਦਿਓ ਤੁਸੀਂ ਬਈ ਕਿਸਾਨਾਂ ਦਾ ਇਹਦੇ ਵਿੱਚ ਨੁਕਸਾਨ ਨਹੀਂ ਫਾਇਦਾ ਹੀ ਆ ਪਹਿਲੀ ਗੱਲ ਤਾਂ ਇਹ ਆ ਕਿ ਵਿਰੋਧੀ ਪਾਰਟੀ ਹੈ ਕਿਹੜੀ ਸੀਗੀ ਇਹ ਸਾਰੇ ਉੱਥੋਂ ਭੱਜੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਕਲੀਅਰ ਉੱਥੇ ਸਟੈਂਡ ਲਿਆ ਆ ਜੀ ਜਿੱਦਣ ਆਰਡੀਨੈਂਸ ਉਹਨਾਂ ਨੇ ਕੀਤਾ ਉਹਨਾਂ ਕਹਿੰਦੇ ਉਹਨਾਂ ਨਾਲ ਗੱਲ ਕਰ ਲਓ ਬਿੱਲ ਲਿਆਉਣ ਤੋਂ ਪਹਿਲਾਂ ਉਹਨਾਂ ਕਹਿੰਦਾ ਬਿਲਕੁਲ ਅਸੀਂ ਗੱਲ ਕਰਾਂਗੇ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੋ ਜੋ ਚਾਹੁੰਦੇ ਹੋ ਕਰ ਦਿਆਂਗੇ ਅਸੀਂ ਤੇ ਇਸ ਕਰਕੇ ਜਿਹਦਾ ਲੰਮਾ ਸਮਾਂ ਚੱਲੇ ਹੋਈਏ ਜੋ ਮੰਨਦਾ ਹੋਵੇ ਤੇ ਅਸੀਂ ਉਹ ਉਹਦੇ ਨਾਲ ਜਦੋਂ ਉਹਨਾਂ ਬਿੱਲ ਲੈ ਆਉਂਦਾ ਹਾਂਜੀ ਜਦੋਂ ਮੰਨੇ ਨੀ ਗਏ ਫਿਰ ਉਸੇ ਵੇਲੇ ਅਸੀਂ ਵਿਰੋਧ ਸ਼ੁਰੂ ਕਰਤਾ ਇਹਦਾ ਮਤਲਬ ਇਹ ਤਾਂ ਨੀ ਨਾ ਕਿ ਪਹਿਲੇ ਦਿਨ ਹੀ ਖਿਲਾਰਾ ਪਾ ਦਈਏ ਬਿਲਕੁਲ ਜਦੋਂ ਪਤਾ ਲੱਗਾ ਵੀ ਇਹ ਆਪਦੀ ਅੜੀਅਲ ਤੇ ਨੇ ਤੇ ਕਿਸਾਨਾਂ ਦੇ ਹੱਕ ਡਾਕਾ ਮਾਰ ਰਹੇ ਨੇ ਇਸ ਕਰਕੇ ਅਸੀਂ ਉਹਦਾ ਵਿਰੋਧ ਕੀਤਾ ਉਸੇ ਦਿਨ ਤੋਂ ਵੱਖ ਹੋ ਗਏ ਬਿਲਕੁਲ ਹੁਣ ਜਿਹੜੇ ਕਿਸਾਨ ਇਹ ਜਿਹੜੀ ਪਾਰਟੀਆਂ ਨੇ ਜਿਹੜੀਆਂ ਸਵਾਲ ਕਰਦੀਆਂ ਕਾਂਗਰਸ ਵੀ ਵਾਕ ਆਊਟ ਕਰ ਗਈ ਉਥੋਂ ਠੀਕ ਹੈ ਬਿੱਲ ਦਾ ਵਿਰੋਧ ਨਹੀਂ ਕੀਤਾ ਜੀ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਉੱਥੇ ਨਾਲ ਵੋਟ ਦੇਣੀ ਚਾਹੀਦੀ ਵਿਰੋਧ ਦੇ ਵਿੱਚ ਭਗਵੰਤ ਮਾਨ ਵੀ ਨਹੀਂ ਰਹੇ ਉੱਥੇ ਤੇ ਭਗਵੰਤ ਮਾਨ ਹਰੀ ਆਮ ਆਦਮੀ ਪਾਰਟੀਆਂ ਫਿਰ ਬਾਈਕਾਟ ਕਰ ਗਏ ਉਹਨਾਂ ਨੇ ਬੀਜੇਪੀ ਨੂੰ ਖੁਸ਼ ਕਰ ਲਿਆ ਹਾਂਜੀ ਬਿਲਕੁਲ ਤੇ ਇਹ ਵੀ ਬਾਹਰ ਆੜ ਕੇ ਰੌਲਾ ਪਾ ਤਾ ਅਸੀਂ ਵਿਰੋਧ ਕਰਦੇ ਹਾਂ ਵਿਰੋਧ ਕਰਨ ਵਾਲੀ ਕਿਹੜੀ ਗੱਲ ਵੋਟ ਵੱਧ ਉੱਥੇ ਗੱਲ ਹੈ ਕਿ ਵੋਟ ਦੀ ਬਿਲਕੁਲ ਜੀ ਵੋਟ ਤੁਸੀਂ ਪਾਓ ਬਿੱਲ ਦੇ ਖਿਲਾਫ ਵੋਟ ਤਾਂ ਤੁਸੀਂ ਪਾਈ ਨਹੀਂ ਬਿੱਲ ਦੇ ਖਿਲਾਫ ਬਿਲਕੁਲ ਜੀ ਤੇ ਤੁਹਾਡਾ ਵਿਰੋਧ ਕੀ ਹੋ ਗਿਆ ਬਿਲਕੁਲ ਤਕਰੀਬਨ ਕਿਸਾਨਾਂ ਨੂੰ 6.5 ਮਹੀਨੇ ਹੋ ਗਏ ਨੇ ਦਿੱਲੀ ਦੀਆਂ ਬਾਰਡਰਾਂ ਤੇ ਬੈਠਿਆਂ ਨੂੰ ਹੁਣ ਕੀ ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਡਟ ਕੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਤੁਸੀਂ ਖੜੋਗੇ ਦਿੱਲੀ ਦੀਆਂ ਬਾਰਡਰਾਂ ਤੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਜਾ ਰਹੇ ਨੇ ਹੁਣ ਅਸੀਂ ਜਿਸ ਦਿਨ ਤੋਂ ਕਿਸਾਨਾਂ ਨੇ ਮੋਰਚਾ ਲਾਇਆ ਕਿਸਾਨਾਂ ਦੇ ਨਾਲ ਆ ਜੋ ਵੀ ਉਹਨਾਂ ਦੀ ਡਿਮਾਂਡ ਆਉਂਦੀ ਰਹੀ ਆ ਉਸੇ ਵੇਲੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵਰਕਰ ਨੇ ਉਹਨਾਂ ਨੇ ਡਟ ਕੇ ਉਹ ਮੋਰਚੇ ਦੇ ਵਿੱਚ ਵੀ ਜਾਂਦੇ ਆ ਟਰਾਲੀਆਂ ਭਰ ਭਰ ਕੇ ਜਿਹੜੀ ਚੀਜ਼ ਦੀ ਉਹਨਾਂ ਲੋੜ ਪੈਂਦੀ ਆ ਉਹ ਉੱਥੇ ਪਹੁੰਚਦੀ ਕਰਦੇ ਨੇ ਉਹਨਾਂ ਦੇ ਜਿਹੜੇ ਪਿੱਛੇ ਪਰਿਵਾਰ ਨੇ ਉਹਨਾਂ ਦਾ ਕਾਰੋਬਾਰ ਆ ਉਹਨਾਂ ਦਾ ਵੀ ਪੂਰਾ ਸਾਥ ਦਿੱਤਾ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਮੋਹਰੇ ਹੋ ਕੇ ਲੜਾਈ ਲੜ ਰਿਹਾ ਬਿਲਕੁਲ ਤੇ 400 ਤੋਂ ਵੱਧ ਜਿਹੜੇ ਕਿਸਾਨ ਸ਼ਹੀਦੀਆਂ ਪਾ ਗਏ ਸੀ ਦਿੱਲੀ ਦੀਆਂ ਬਾਰਡਰਾਂ ਤੇ ਪਰ ਮੋਦੀ ਸਾਹਿਬ ਨੇ ਇੱਕ ਵਾਰੀ ਵੀ ਇੱਕ ਲਫ਼ਜ਼ ਵੀ ਨਹੀਂ ਕਿਹਾ ਉਹਨਾਂ ਬਾਰੇ ਇਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਜੀ ਇੱਥੋਂ ਇਹ ਪਤਾ ਲੱਗਦਾ ਕਿ ਮੋਦੀ ਸਾਹਿਬ ਕੇਵਲ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੋਂ ਕਿਸੇ ਨੂੰ ਵੀ ਮਾੜੀ ਜਿਹੀ ਚੀਰ ਆਵੇ ਦੁੱਖ ਹੋਵੇ ਤੇ ਉਹ ਪ੍ਰਧਾਨ ਮੰਤਰੀ ਦੁੱਖ ਹੋਣਾ ਚਾਹੀਦਾ ਜੀ ਜੇ ਕਿਸਾਨ ਆਪਦੇ ਹੱਕਾਂ ਲਈ ਲੜਦੇ ਆ ਤੇ ਉਹ ਹੈ ਤਾਂ ਭਾਰਤੀ ਨੇ ਬਿਲਕੁਲ ਹੈ ਤਾਂ ਹਿੰਦੁਸਤਾਨੀ ਨੇ ਉਹਨਾਂ ਦਾ ਫਰਜ਼ ਬਣਦਾ ਸੀ ਵੀ ਜਿਹੜੇ ਆ ਸ਼ਹੀਦੀਆਂ ਦੇ ਗਏ ਨੇ 450 ਜਿਹੜਾ ਕਿਸਾਨ ਸ਼ਹੀਦੀਆਂ ਦੇ ਗਿਆ ਜੀ ਉਹਨਾਂ ਨੂੰ ਮਾਇਕ ਤੌਰ ਤੇ ਮਦਦ ਕਰਨੀ ਚਾਹੀਦੀ ਸੀ ਜੀ ਔਰ ਉਹਨਾਂ ਦਾ ਇਹ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਸਾਨੂੰ ਅੱਜ ਦੁੱਖ ਆ ਸਾਨੂੰ ਉਹਨਾਂ ਲਫ਼ਜ਼ ਹੀ ਨਹੀਂ ਬੋਲਿਆ ਬੜਾ ਦੁੱਖ ਹੋਇਆ ਇਸ ਗੱਲ ਤੇ ਸਾਰੇ ਪੰਜਾਬੀਆਂ ਨੂੰ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈ ਆ ਚਾਹੇ ਸਿੱਖ ਆ ਬਿਲਕੁਲ ਸਾਰਿਆਂ ਨੇ ਇਸ ਗੱਲ ਦਾ ਦੁੱਖ ਮਨਾਇਆ ਵੀ ਯਾਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਕੋਈ ਮਾੜੀ ਜਿਹੀ ਘਟਨਾ ਵਾਪਰ ਜੇ ਤੇ ਉੱਥੇ ਤਾਂ ਆਪ ਵੀ ਚਲਿਆ ਜਾਂਦਾ ਕਈ ਵਾਰ ਪਰ ਇੱਥੇ ਤਾਂ ਕਿਸੇ ਨੂੰ ਭੇਜਿਆ ਵੀ ਨਹੀਂ ਤੇ ਅਫਸੋਸ ਵੀ ਨਹੀਂ ਪ੍ਰਗਟ ਕੀਤਾ ਇੱਥੇ ਇਹ ਪਤਾ ਲੱਗਦਾ ਕਿ ਉਹਨੂੰ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਪਿਆਰੀ ਆ ਉਹਨੂੰ ਦੇਸ਼ ਪਿਆਰਾ ਨਹੀਂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਦਿਨ ਤੁਹਾਡਾ ਬਸਪਾ ਨਾਲ ਗੱਠਜੋੜ ਹੁੰਦਾ ਆ ਮਾਇਆਵਤੀ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਤੁਸੀਂ ਪੰਜਾਬ ਤੋਂ ਆ ਕੇ ਇਲੈਕਸ਼ਨ ਲੜੋ ਤੁਹਾਨੂੰ ਅਸੀਂ ਇੱਥੋਂ ਇਲੈਕਸ਼ਨ ਲੜਾਉਣਾ ਆ ਦੇਖੋ ਜੀ ਜਦੋਂ ਸਮਝੌਤਾ ਹੋਇਆ ਸਮਝੌਤਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਡਾਇਰੈਕਸ਼ਨ ਨਾਲ ਹੀ ਹੋਇਆ ਜੀ ਤੇ ਸਮਝੌਤੇ ਤੋਂ ਬਾਅਦ ਜਦੋਂ ਵਧਾਈ ਦਿੱਤੀ ਗਈ ਆ ਵਧਾਈ ਦੇ ਵਿੱਚ ਜਦੋਂ ਮਾਇਆਵਤੀ ਜੀ ਨੇ ਕਿਹਾ ਕਿ ਮੈਂ ਆਉਂਗੀ ਪੰਜਾਬ ਦੇ ਵਿੱਚ ਤੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਇਸ ਬਲ ਕੇ ਇੱਥੋਂ ਇਲੈਕਸ਼ਨ ਲੜੋ ਜੀ ਬਿਲਕੁਲ ਇੱਥੋਂ ਤੁਸੀਂ ਇਲੈਕਸ਼ਨ ਲੜੋ ਅੱਗੇ ਕਾਂਸ਼ੀ ਰਾਮ ਜਿਹਨੇ ਇਹ ਪਾਰਟੀ ਖੜੀ ਕੀਤੀ ਆ ਉਹ ਪੰਜਾਬੀ ਸੀਗਾ ਰੋਪੜ ਜ਼ਿਲ੍ਹੇ ਦਾ ਸੀਗਾ ਔਰ ਉਹ ਵੀ ਪੰਜਾਬ ਦੇ ਵਿੱਚੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਗਿਆ
ਬਿਲਕੁਲ ਪੰਜਾਬ ਦੇ ਵਿੱਚੋਂ ਜੀ। ਤੇ ਇਸ ਕਰਕੇ ਇਹ ਤਾਂ ਜਦੋਂ ਸਾਂਝ ਬਣ ਜਾਂਦੀ ਆ ਜੀ ਤੇ ਦਿਲਾਂ ਦੀ ਨੇੜਤਾ ਵੀ ਹੋਣੀ ਚਾਹੀਦੀ ਆ, ਸਿਰਾਂ ਦੀ ਨੇੜਤਾ ਵੀ ਹੋਣੀ ਚਾਹੀਦੀ ਆ। ਬਿਲਕੁਲ ਸਰਦਾਰ ਸੁਖਬੀਰ ਸਿੰਘ ਬਾਦਲ ਆਮ ਹੀ ਜਿਹੜਾ ਹੁਣ ਜਦੋਂ ਸਟੇਟਮੈਂਟ ਦਿੰਦੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਉਪ ਮੁੱਖ ਮੰਤਰੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਦਲਿਤ ਚਿਹਰਾ ਹੋਵੇਗਾ, ਕਿਹੜਾ ਚਿਹਰਾ ਉਹ? ਦੇਖੋ ਜੀ, ਇਹ ਤਾਂ ਉਹਨਾਂ ਦੇ ਅਧਿਕਾਰ ਆ ਉਹਨਾਂ ਨੂੰ ਸਾਰੇ ਜੀ, ਹੋਰ ਕਮੇਟੀ ਤੋਂ ਪਾਰਟੀ ਤੋਂ ਸਾਰੀ ਪਾਰਟੀ ਨੇ ਸਾਰੇ ਅਧਿਕਾਰ ਦਿੱਤੇ ਹੋਏ ਆ ਉਹਨਾਂ ਨੂੰ, ਔਰ ਜੋ ਵੀ ਫੈਸਲਾ ਕਰਦੇ ਨੇ ਉਹ ਕੋਰਟ ਕਮੇਟੀ ਦੀ ਰਾਏ ਨਾਲ ਕਰਦੇ ਨੇ, ਔਰ ਉਹਨਾਂ ਨੇ ਸਮਝ ਲਿਆ ਵੀ ਇੱਥੇ ਜਿਹੜਾ ਹੱਕ ਨੇ ਜੀ ਉਹ ਵੀ ਜਿਹੜਾ ਸਾਡਾ ਐਸ ਸੀ ਬੋਰਡ ਆ ਜੀ ਉਹ ਵੀ 32-33% ਆ ਇੱਥੇ, ਔਰ ਇਸੇ ਤਰ੍ਹਾਂ ਬੀ ਸੀ ਬੋਰਡ ਵੀ 32-33% ਆ ਜੀ, ਔਰ ਉਹਦੇ ਵਿੱਚ ਇਹਨਾਂ ਦਾ ਇੱਕ ਨੁਮਾਇੰਦਾ ਹੋਣਾ ਵੀ ਬਹੁਤ ਜ਼ਰੂਰੀ ਆ, ਅਤੇ ਉਹਦੇ ਲਈ ਉਹਨਾਂ ਕਹਿਤਾ। ਇਹ ਖੁਸ਼ੀ ਵਾਲੀ ਗੱਲ ਆ ਕਿ ਸਾਰਿਆਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ, ਨਾਲੇ ਸਾਡੇ ਤਾਂ ਇੱਥੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਐਸ ਸੀ ਨਹੀਂ ਜੀ, ਕੋਈ ਜਨਰਲ ਨਹੀਂ, ਸਾਰੇ ਇਕੱਠੇ ਹਾਂ ਅਸੀਂ, ਇੱਕ ਪੰਗ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਹਾਂ, ਇੱਕੇ ਨੂੰ ਗੁਰੂ ਨੂੰ ਮੰਨਦੇ ਹਾਂ ਅਸੀਂ, ਗੁਰੂ ਗ੍ਰੰਥ ਸਾਹਿਬ ਨੂੰ ਜੀ, ਔਰ ਜਦੋਂ ਕੋਈ ਡਿਵੈਲਪਮੈਂਟ ਦੀ ਗੱਲ ਆਉਂਦੀ ਆ ਅਤੇ ਜਿੱਥੇ ਅਸੀਂ ਬਾਕੀ ਯਾਦਗਾਰਾਂ ਬਣਾਈਆਂ ਨੇ ਉੱਥੇ ਖਰਾਲਗੜ੍ਹ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦਗਾਰ ਬਣਾਈ, ਭਗਵਾਨ ਵਾਲਮੀਕਿ ਜੀ ਦੀ ਅੰਮ੍ਰਿਤਸਰ ਦੇ ਵਿੱਚ ਯਾਦਗਾਰ ਬਣਾਈ। ਤੋ ਇਸ ਕਰਕੇ ਇਹ ਸਾਡੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਕੜੱਤਣ, ਕੋਈ ਇਹੋ ਜਿਹੇ ਬਖਰੇਵਾਂ ਨਹੀਂ ਹੈ, ਫਿਰ ਵੀ ਜਿਹਦਾ ਜਿੰਨਾ ਹੱਕ ਬਣਦਾ ਉਹਨੂੰ ਮਿਲਣਾ ਜ਼ਰੂਰੀ ਆ। ਬਿਲਕੁਲ, ਇਸ ਕਰਕੇ ਬੜੇ ਸਿਆਣੇ ਨੇ, ਉਹਨਾਂ ਨੂੰ ਪਹਿਲਾਂ ਹੀ ਐਲਾਨ ਕਰਤਾ ਵੀ ਇਹ ਕਰਾਂਗੇ। ਜਿਹੜੀਆਂ 20 ਸੀਟਾਂ ਬਸਪਾ ਨੂੰ ਅਨਾਊਂਸ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ, ਉਹ ਚਿਹਰੇ ਕਿਹੜੇ ਕਿਹੜੇ ਹੋਣਗੇ, ਕਲੀਅਰ ਹੋ ਗਏ ਆ ਜਾਂ ਹੋਣੇ ਆ ਜੀ? ਇਹ ਉਹਨਾਂ ਦੀ ਹਾਈ ਕਮਾਂਡ ਦਾ ਮਸਲਾ ਹੈ। ਅਸੀਂ ਤਾਂ ਆਪਦੇ ਵਰਕਰਾਂ ਨੂੰ ਡਾਇਰੈਕਸ਼ਨਾਂ ਦੇ ਦਿੱਤੀਆਂ ਜੀ ਕਿ ਜਿਹੜਾ ਵੀ ਉਹਨਾਂ ਦਾ ਕੈਂਡੀਡੇਟ ਆਵੇ ਜਿਹਦੇ ਕੋਲ ਚੋਣ ਨਿਸ਼ਾਨ ਹਾਥੀ ਹੋਵੇ, ਤੁਸੀਂ ਆਪਣੇ ਕੈਂਡੀਡੇਟ ਸਮਝ ਕੇ ਉਹਨਾਂ ਦੀ ਮਦਦ ਕਰਨੀ ਆ, ਤੁਸੀਂ ਅੱਗੇ ਲੱਗ ਕੇ ਚੱਲਣਾ। ਬਿਲਕੁਲ, ਸਵੇਰੇ ਵੀ ਨਵੇਂ ਸ਼ਹਿਰ ਤੋਂ ਟੈਲੀਫੋਨ ਆਇਆ ਸੀ ਮੈਨੂੰ, ਮੈਨੂੰ ਕਹਿੰਦੇ ਸਾਨੂੰ ਕੀ ਹੁਕਮ ਆ, ਅਤੇ ਮੈਂ ਕਿਹਾ ਤੁਸੀਂ ਝੰਡੇ ਚੱਕੋ ਪਹਿਲੋ ਬਾਅਦ ਤੁਹਾਡੇ ਕੋਲ, ਤੁਸੀਂ ਉਹ ਸੋਚੇ ਵੀ ਅਸੀਂ ਇਹਨਾਂ ਕੋਲ ਜਾ ਕੇ ਕਹਿਣਾ ਵੀ ਅਸੀਂ ਇੱਥੋਂ ਇਲੈਕਸ਼ਨ ਲੜਨੀ, ਤੁਸੀਂ ਕਹੋ ਆਓ ਜੀ ਤੁਹਾਡਾ ਤੁਹਾਨੂੰ ਇਹ ਹਲਕਾ ਦੇ ਦਿੱਤਾ, ਆਓ ਅਸੀਂ ਤੁਹਾਡੇ ਨਾਲ ਚੱਲ ਕੇ ਵਾਕਫੀਤ ਕਰਾਉਂਦੇ ਹਾਂ ਆਪਦੇ ਵਰਕਰਾਂ ਨੂੰ। ਬਿਲਕੁਲ, ਹਾਂ, ਬਹਿਬਲ ਕਲਾਂ ਗੋਲੀਕਾਂਡ 'ਤੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਨੋਟਿਸ ਭੇਜਿਆ ਗਿਆ, ਤਲਬ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਾਂਗਰਸ ਦੀ ਚਾਲ ਆ ਜਾਂ ਇਹ ਕਾਹਦੀ ਆ ਕਿੰਨੇ? ਇਹ ਤਾਂ ਝੂਠ ਦਾ ਪਲੰਦਾ ਹੈ, ਇਹ 4.5 ਸਾਲ ਤਾਂ ਇਹਨਾਂ ਨੂੰ ਕੁਛ ਲੱਭਾ ਨਹੀਂ ਗਾ, ਹੁਣ ਜਾਣ ਬੁੱਝ ਕੇ ਆਪ ਜੋ ਕਿ ਇਹਨਾਂ ਦੀ ਪਾਰਟੀ 'ਚ ਬਖਰੇਵਾ ਬਹੁਤ ਵੱਧ ਗਿਆ। ਬਿਲਕੁਲ, ਇਹਨਾਂ ਨੇ ਝੂਠ ਬੋਲ ਬੋਲ ਕੇ ਗੁਟਕਾ ਸਾਹਿਬ ਵੀ ਸਹੁੰ ਖਾ ਕੇ ਕਿਹਾ ਜੇ ਅਸੀਂ ਆਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਹੁਣ ਜਦੋਂ ਨਿਕਲਿਆ ਹੀ ਕੁਛ ਨਹੀਂ ਗਾ ਤੇ ਬਦੋ ਬਦੀ ਆਪਾਂ ਕਿਸੇ ਕਿਵੇਂ ਕਿਸੇ ਨੂੰ ਆਪਾਂ ਪਰਚਾ ਦਰਜ ਕਰ ਦਿਆਂਗੇ? ਬਿਲਕੁਲ, ਸਰਕਾਰ ਹੁੰਦੀ ਆ, ਸਰਕਾਰ ਕਦੀ ਨਹੀਂ ਡਾਇਰੈਕਸ਼ਨਾਂ ਦਿੰਦੀ ਵੀ ਮੇਰੇ ਸੂਬੇ ਦੇ ਵਿੱਚ ਗੜਬੜ ਹੋਵੇ ਜੀ, ਸਰਕਾਰ ਕਦੀ ਨਹੀਂ ਕਹਿੰਦੀ ਗੋਲੀ ਚਲਾ ਦਿਓ। ਬਿਲਕੁਲ, ਉਹ ਹਾਲਾਤਾਂ ਦੇ ਮੁਤਾਬਕ ਜੋ ਉੱਥੇ ਹਾਲਾਤ ਬਣੇ ਹੋਣਗੇ, ਅਫਸਰਾਂ ਨੇ ਡਿਸੀਜਨ ਲਿਆ ਜਾਂ ਉੱਥੋਂ ਦੇ ਜਿਹੜੇ ਕੋਈ ਐਗਜੈਕਟਿਵ ਮੈਜਿਸਟਰੇਟ ਹੋਣਗੇ ਉਹਨਾਂ ਨੇ ਡਿਸੀਜਨ ਲਿਆ ਜੀ, ਉਹਦੇ ਲਈ ਬਕਾਇਦਾ ਤੌਰ 'ਤੇ ਸਸਪੈਂਡ ਕੀਤੇ, ਉਹਨਾਂ 'ਤੇ ਪਰਚਾ ਦਰਜ ਕੀਤੇ ਨੇ ਅਸੀਂ ਜਿਹਨਾਂ ਡਿਸੀਜਨ ਲਿਆ ਸੀਗਾ ਜੀ। ਅਸੀਂ ਇੱਥੇ ਸਾਡਾ ਜਿਹੜਾ ਇੱਕ ਵੀ ਪਰਿਵਾਰ ਦਾ ਕੋਈ ਜੀਅ ਜਾਂਦਾ ਆ ਜੀ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਜਾਂਦਾ, ਉਹ ਪੰਜਾਬ ਨੂੰ ਸਾਰੇ ਸਰਕਾਰ ਨੂੰ ਸਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਦੁੱਖ ਹੁੰਦਾ। ਜਿਹੜਾ ਬੇਅਦਬੀਆਂ ਉਦੋਂ ਹੋਈਆਂ ਨੇ ਬਹਿਬਲ ਕਲਾਂ ਲਾ ਲਓ ਜਾਂ ਹੋਰ ਵੀ ਅਲੱਗ ਅਲੱਗ ਥਾਵਾਂ 'ਤੇ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਜਾਂ ਗੋਲੀਕਾਂਡ ਹੋਇਆ ਆ, ਉਹਦਾ ਫਾਇਦਾ ਕਿਸ ਨੂੰ ਹੋਇਆ ਜੀ? ਆਪ ਨੂੰ ਹੋਇਆ ਜਾਂ ਕਾਂਗਰਸ ਨੂੰ ਹੋਇਆ? ਨਹੀਂ, ਇਹਨਾਂ ਨੇ ਤਾਂ ਮੁੱਦਾ ਹੀ ਚੱਕ ਲਿਆ ਨਾ, ਇਹਨਾਂ ਮੁੱਦਾ ਬਣਾ ਕੇ ਇਹਨਾਂ ਪੁੱਛਦਾ ਕੌਣ ਸੀਗਾ ਇੱਥੇ? ਜਿੰਨੀ ਡਿਵੈਲਪਮੈਂਟ 10 ਸਾਲ ਦੇ ਵਿੱਚ ਅਸੀਂ ਪੰਜਾਬ ਦੀ ਕੀਤੀ ਆ, ਤੁਸੀਂ ਸੜਕਾਂ ਦਾ ਵੇਖ ਲਓ, ਏਅਰਪੋਰਟ ਨਵੇਂ ਬਣਾਤੇ, ਔਰ ਬੜੇ ਬੜੇ ਪ੍ਰੋਜੈਕਟ ਲਿਆਂਦੇ ਪੰਜਾਬ ਦੇ ਵਿੱਚ, ਬਿਜਲੀ ਸਰਪਲਸ ਕਰਤੀ ਅਸੀਂ, ਬਿਜਲੀ ਸਸਤੀ ਕਰਤੀ, ਬਿਜਲੀ ਬਾਅਦ ਵਿੱਚ ਨਹੀਂ ਸਗੋਂ ਸ਼ੁਰੂ ਕਰਤੀ ਮੰਗੇ ਖਰੀਦਦੇ ਸੀ। ਤੋ ਇਹ ਸਾਰੀਆਂ ਚੀਜ਼ਾਂ ਨੂੰ ਕਿ ਇਹਨਾਂ ਨੂੰ ਪੁੱਛਦਾ ਕੌਣ ਸੀਗਾ, ਪਰ ਇਹਨਾਂ ਨੇ ਵੇਖਿਆ ਗੁਰੂ ਸਾਹਿਬ ਦੀ ਬੇਅਦਬੀ, ਕਿਉਂਕਿ ਪੰਜਾਬ ਦੇ ਲੋਕ ਧਰਮੀ ਨੇ, ਬਿਲਕੁਲ ਪੰਜਾਬ ਦੇ ਲੋਕ ਧਰਮ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਸੱਚ ਮੰਨ ਲਿਆ, ਜੋ ਗੁਟਕਾ ਸਾਹਿਬ ਦੀ ਸਹੁੰ ਖਾਓਗੇ ਤੇ ਅਗਲਾ ਸੱਚ ਮੰਨ ਹੀ ਲੈਂਦਾ ਲੈਂਦਾ। ਬਿਲਕੁਲ, ਤੇ ਗੁਟਕਾ ਸਾਹਿਬ ਦੀ ਸਹੁੰ ਖਾ ਰਿਹਾ, ਗੁਰਬਾਣੀ ਦੀ ਸਹੁੰ ਖਾ ਰਿਹਾ, ਕਹਿ ਰਿਹਾ ਦਮਦਮਾ ਸਾਹਿਬ ਮੈਂ 30 ਕਿਲੋਮੀਟਰ ਆ ਮੈਂ ਸਹੁੰ ਖਾਨਾ, ਤੇ ਫਿਰ ਬਾਕੀ ਰਹਿ ਕੀ ਜਾਂਦਾ? ਉਹ ਕਹਿੰਦੇ ਸਹੁੰ ਖਾਧੀ ਬੜਾ ਵੇਖ ਲੈਂਦੇ ਆ, ਤੇ ਫਿਰ ਨਿਕਲਿਆ ਕੀ? ਬਿਲਕੁਲ, ਜੇ ਅੱਜ ਵੀ ਇਹ ਸਿਰਫ ਸਿਰਫ ਆ ਜਿਹੜੇ ਸਮਨ ਸੁਮਨ ਭੇਜ ਰਿਹਾ ਨਾ ਜੀ, ਡਰਾਮਾ ਆ, ਇੱਥੋਂ ਨਿਕਲਦਾ ਫਿਰ ਵੀ ਕੁਛ ਨਹੀਂ ਗਾ। ਬਿਲਕੁਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਸਾਰੇ ਧਰਮਾਂ ਨਾਲ ਸਤਿਕਾਰ ਕਰਦੇ ਆ, ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਜੀ, ਤੇ ਸਾਰੇ ਕਿੱਤਿਆਂ ਦੇ ਲੋਕ ਪਿਆਰ ਕਰਦੇ ਉਹਨਾਂ ਨੂੰ, ਤੇ ਇਸ ਕਰਕੇ ਉਹ ਉਹਨਾਂ ਨੂੰ ਸੰਮਨ ਕਰਦੇ। ਮੈਂ ਤਾਂ ਕਹਿੰਦਾ ਇਹ ਤੋਂ ਵੱਡਾ ਪਾਪ ਕੋਈ ਨਹੀਂ ਗਾ, ਪਰ ਫਿਰ ਵੀ
ਜੇ ਸਰਕਾਰ ਦੇ ਨਿਗਾਹ 'ਚ ਕੋਈ ਹੈਗਾ ਕਰਕੇ ਵੇਖ ਲਵੇ ਜੀ। ਬੇਅਦਬੀਆਂ ਦੇ ਨਾਂ 'ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ 'ਤੇ ਇਹਨਾਂ ਨੇ ਧੱਬੇ ਲਾਏ ਸੀ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਂਤ ਕਿਸ਼ੋਰ, ਕੀ 2022 ਦੀਆਂ ਚੋਣਾਂ ਜਿੱਤ ਜਾਣਗੇ ਪਿਛਲੇ ਝੂਠੇ ਲਾਰਿਆਂ ਨੂੰ ਲੈ ਕੇ? ਦੇਖੋ ਲੋਕਾਂ ਦਾ ਤਜਰਬਾ ਹੋ ਗਿਆ, ਪੰਜਾਬੀ ਹਰ ਵੇਲੇ ਭੁਲੇਖੇ ਵਿੱਚ ਆਉਣ ਵਾਲੇ ਨੇਗੇ। ਲੋਕਾਂ ਦਾ ਭੁਲੇਖਾ ਦੂਰ ਹੋ ਗਿਆ ਕਿ ਇਹ ਸਹੁੰ ਖਾ ਕੇ ਵੀ ਕੁਛ ਨਹੀਂ ਕਰਦੇ, ਤੋ ਇਸ ਕਰਕੇ ਇਹਨਾਂ ਨੇ ਹੁਣ ਵੇਖਿਆ ਜਿਹੜਾ ਸੰਮਨ ਜਾਰੀ ਕੀਤੇ ਆ ਨਾ ਜੀ, ਇਹ ਸਾਡਾ ਸਮਝੌਤੇ ਤੋਂ ਬਾਅਦ ਕੀਤੇ ਆ। ਕਹਿੰਦੇ ਹੁਣ ਤਾਂ ਸਾਡੇ ਪੱਲੇ ਕੱਖ ਜਵਾਨ ਤਾਂ ਜਬਤ ਹੋ ਜਾਣੀਆਂ ਕਾਂਗਰਸ ਦੀਆਂ, ਉਹ ਤਾਂ ਡਰਾਮਾ ਕਰੀਏ, ਬਿਲਕੁਲ ਉਸ ਤਾਂ ਲੋਕਾਂ ਨੂੰ ਦਿਖਾਈਏ, ਉਹ ਡਰਾਮਾ ਡਰੂਮਾ ਕਰੀਏ ਤਾਂ ਜਾ ਕੇ ਸਾਡਾ ਇਹ ਲੋਕ ਸਾਨੂੰ ਸਮਝਣਗੇ। ਬਿਲਕੁਲ ਇਹ ਡਰਾਮਾ ਹੀ ਆ, ਇਹਦੇ 'ਚੋਂ ਨਿਕਲਣਾ ਕੁਛ ਨਹੀਂ। ਔਰ ਇਹਦੇ ਵਿੱਚ ਮੈਂ ਸਮਝਦਾ ਕਿ ਤੁਸੀਂ ਕਹਿੰਦੇ 2022 'ਚ ਇਹਨਾਂ ਜਵਾਨਤਾਂ ਜਬਤ ਹੋ ਜਾਣੀਆਂ, ਇਹਨਾਂ ਜਵਾਨਤਾਂ ਬਚਾ ਲੈਣ ਬੜੀ ਵੱਡੀ ਗੱਲ ਆ। ਬਿਲਕੁਲ, ਕੈਪਟਨ ਸਰਕਾਰ ਜਿਹੜੀ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਥਾਂ 'ਤੇ ਆਪਣੇ MLA ਨੂੰ, ਆਪਣੇ ਚਹੇਤਿਆਂ ਦੇ ਮੁੰਡਿਆਂ ਨੂੰ ਨੌਕਰੀਆਂ ਦੇ ਰਹੀਆਂ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਉਹ ਤਾਂ ਜੀ ਦੇਖੋ ਗੱਲ ਦੇ ਮਰਦੀ ਕੀ ਨਹੀਂ ਕਰਦੀ, ਜਦੋਂ ਬੰਦਾ ਮਰ ਲੱਗਦਾ ਨਾ ਜੀ, ਤੇ ਜੇ ਪੰਡਿਤ ਕਹਿ ਦੇਵੇ ਨਾ ਕਿ 4 ਕਿਲੋ ਮਾਂਹ ਚੱਲਦੇ ਪਾਣੀ 'ਚ ਪਾਇਆ ਜੀ, ਉਹ ਜਾ ਕੇ ਪਾ ਆਉਂਦਾ, ਉਹ ਕਹਿੰਦਾ ਨਹੀਂ ਯਾਰ ਫਿਰ ਨੀ ਹਾਲੇ ਨੀ, ਹੋਰ ਉਹ ਕੀ ਕਰ ਸਕਦੇ ਆ, ਉਹ ਕਹਿੰਦੇ ਤੂੰ 5 ਕਿਲੋ ਸਿੱਕਾ ਪਾ ਗਿਆ ਤਾਂ ਤੂੰ ਬਚ ਜਾਏਗਾ, ਉਹ ਜਦੋਂ ਸਿੱਕਾ ਪਾਉਂਦਾ ਫਿਰ ਵੀ ਬਚਦਾ, ਉਹ ਕਹਿੰਦਾ ਹੁਣ ਕਹਿੰਦੇ ਵੀ ਇੱਕ ਗਊ ਦਾਨ ਕਰ, ਉਹ ਗਊ ਵੀ ਦਾਨ ਕਰ ਦਿੰਦਾ ਸਿੰਘਾਂ ਨੂੰ ਹੱਥ ਲਾ ਕੇ ਵੀ ਲਾਇ ਲਓ ਜੋ, ਤੇ ਬਚਦਾ ਫਿਰ ਨਹੀਂ ਬਚਦਾ, ਇਹ ਹੁਣ ਨਿਰਾਣੇ ਕਰਦੇ ਆ ਜੋ ਮਰਜ਼ੀ ਕਰੀ ਜਾਣ, ਬਿਲਕੁਲ ਜਵਾਨਤਾ ਬਿਲਕੁਲ ਨਹੀਂ ਇਹਨਾਂ ਦੀਆਂ ਬਚਣੀਆਂ। ਨਵਜੋਤ ਸਿੱਧੂ ਅਤੇ ਕੈਪਟਨ ਦਾ ਜਿਹੜਾ ਰੌਲਾ ਸੀ, ਰਿਪੋਰਟ ਜਿਹੜੀ ਆ ਸੋਨੀਆ ਗਾਂਧੀ ਕੋਲ ਚਲੇ ਗਈ ਆ, ਅੱਜ ਜਿਹੜੀ 3 ਮੈਂਬਰੀ ਕਮੇਟੀ ਆ ਉਹ ਵੀ ਸੋਨੀਆ ਗਾਂਧੀ ਨੂੰ ਮਿਲ ਰਹੀ, ਤੁਹਾਨੂੰ ਕੀ ਲੱਗਦਾ ਇਹ ਕਲੇਸ਼ ਜਿਹੜਾ ਕਾਟੋ ਕਲੇਸ਼ ਹੈ, ਕਾਹਦਾ ਕਾਟੋ ਕਲੇਸ਼ ਆ, ਕਾਹਦਾ ਡਰਾਮੇ ਆ ਇਹਨਾਂ ਦੇ? 4.5 ਸਾਲ ਸਿੱਧੂ ਇਹਨਾਂ ਦੇ ਨਾਲ ਹੀ ਰਿਹਾ, ਉਦੋਂ ਕੀ ਕਰ ਲਿਆ ਉਹਨੇ? ਬਿਲਕੁਲ, ਉਹਦਾ ਮਹਿਕਮਾ ਸੀ ਲੋਕਲ ਬਾਡੀ, ਉਹਦੇ ਵਿੱਚ ਜੋ ਬਰਬਾਦੀ ਹੋਈ ਆ, ਜੋ ਜਿੰਨੇ ਸ਼ਹਿਰ ਨੇ ਸਾਰਿਆਂ 'ਚ ਨਾ ਕੋਈ ਸੀਵਰ ਦਾ ਕੰਮ ਆ, ਨਾ ਕੋਈ ਸੜਕ ਦਾ ਕੰਮ ਆ, ਨਾ ਕੋਈ ਉੱਥੇ ਵਾਟਰ ਸਪਲਾਈ ਦਾ ਕੰਮ ਆ, ਉਹ ਜਿੰਨੇ ਸ਼ਹਿਰ ਨੇ ਸਾਰੇ, ਲੁਧਿਆਣਾ ਦਾ ਘੰਟਾ ਘਰ ਵੀ ਅੱਜ ਦੇਖਿਆ ਸੀ, ਬੁਰਾ ਹਾਲ ਹੋਇਆ, ਬੁਰਾ ਹਾਲ ਹੋਇਆ, ਇਸ ਕਰਕੇ ਲੋਕਲ ਬਾਡੀ ਮੰਤਰੀ ਉਹਦੇ ਤਾਂ ਚੱਲ ਨਹੀਂ ਸਕਿਆ, ਬਾਕੀ ਇਹਨੇ ਕੀ ਕਰਨਾ? ਬਿਲਕੁਲ, ਇਹ ਤਾਂ ਆਪਦੀ ਸਿਰਫ ਸਾਖ ਬਚਾਉਣ ਵਾਸਤੇ, ਮੈਂ ਤਾਂ ਬੜਾ ਰੌਲਾ ਪਾਇਆ ਸੀ, ਨਾਲੇ ਹੱਥ ਤੋਂ ਬੜੇ ਮਾਰਦਾ ਨਾ, ਛੱਕੇ ਬੜੇ ਲਾਉਂਦਾ, ਛੱਕੇ ਛੱਕੇ, ਇੱਦਾਂ ਕਿਤੇ ਮੁੱਖ ਮੰਤਰੀ ਦਾ ਕੰਮ, ਮੁੱਖ ਮੰਤਰੀ ਦਾ ਬੜਾ ਧੀਰ ਜਿਹੜਾ ਹੋਣਾ ਚਾਹੀਦਾ, ਬੜਾ ਠੰਡਾ ਜਿਗਰਾ ਜੋ ਬਾਦਲ ਸਾਹਿਬ ਨੇ, ਬਿਲਕੁਲ, ਹੈ ਇਹ ਜਿਹੜੇ ਇੱਦਾਂ ਦੀਆਂ ਗੱਲਾਂ ਕਰਨੀਆਂ, ਇੱਦਾਂ ਦਾ ਨਚਾਰ ਜੇ ਬੰਦੇ ਆਣ ਕੇ ਮੁੱਖ ਮੰਤਰੀ ਕੋ, ਆਮ ਆਦਮੀ ਪਾਰਟੀ ਦਾ ਬਿਲਕੁਲ ਭਗਵੰਤ ਮਾਨ, ਉਹ ਗਾਉਂਦਾ ਗਾਉਂਦਾ ਆਣ ਕੇ ਦੇ ਮੈਂ ਮੁੱਖ ਮੰਤਰੀ ਦੇ ਸੁਪਨੇ ਲੈਣ ਲੱਗ ਗਿਆ, ਇਸ ਕਰਕੇ ਲੋਕ ਜਿਹੜੇ ਨੇ ਜਿਵੇਂ ਬਰਸਾਤ ਪੈਂਦੇ ਡੱਡੂ ਨਿਕਲਦੇ ਆ ਨਾ, ਇਹ ਤਾਂ ਨਿਕਲਦੇ ਜ਼ਰੂਰ ਹੁੰਦੇ ਆ ਪਰ ਬਰਸਾਤ ਤੋਂ ਬਾਅਦ ਖਤਮ ਹੀ ਹੋ ਜਾਂਦੇ। ਸੁਖਪਾਲ ਖਹਿਰੇ ਨੇ ਪਹਿਲਾਂ ਬਹੁਤ ਇਨਕਲਾਬੀ ਨਾਅਰੇ ਲਾਏ ਨੇ, ਪੰਜਾਬ ਨੂੰ ਬੜੇ ਸੁਪਨੇ ਦਿਖਾਏ ਨੇ, ਐਂਡ 'ਤੇ ਹੋਇਆ ਕੀ ਕਿ ਕੈਪਟਨ ਸਾਹਿਬ ਦੇ ਪੈਰਾਂ ਵਿੱਚ ਜਾ ਡਿੱਗਿਆ, ਔਰ ਜਾਖੜ ਸਾਹਿਬ ਨੇ ਇਹ ਵੀ ਗੱਲ ਨਾਲ ਕਹੀ ਕਿ ਜਿਹੜਾ ਸੁਖਪਾਲ ਖਹਿਰਾ ਆ ਉਹਨੇ ਨੱਕ ਰਗੜਿਆ ਆ ਕੇ ਕੈਪਟਨ ਦੇ ਪੈਰਾਂ 'ਤੇ, ਅਤੇ ਹਾਈ ਕਮਾਂਡ ਨੂੰ ਵੀ ਫੋਨ ਲਾ ਕੇ ਜਿਹੜੀ ਮਾਫੀ ਮੰਗੀ ਹੈ। ਦੇਖੋ ਜੀ, ਸੁਖਪਾਲ ਖਹਿਰਾ ਇੰਨਾ ਮੈਂ ਕਹਿੰਦਾ ਕਿਰਤਕਣ ਬੰਦਾ ਨਹੀਂ ਹੋ ਸਕਦਾ ਕੋਈ, ਜਿਹੜਾ ਇਹਨਾਂ ਦੇ ਖਿਲਾਫ ਪਹਿਲਾਂ ਦਾ ਪਿਓ ਲੜਦਾ ਰਿਹਾ ਕਾਂਗਰਸ ਦੇ ਖਿਲਾਫ, ਫਿਰ ਦਰਬਾਰ ਸਾਹਿਬ 'ਤੇ ਹਮਲਾ ਆਇਆ, ਫਿਰ ਬੋਲਦਾ ਰਿਹਾ, ਮੁੜ ਕੇ ਉਸੇ ਪਾਰਟੀ ਟਿਕਟ 'ਤੇ ਜਿੱਤ ਗਿਆ, ਮੁੜ ਕੇ ਜਦੋਂ ਕੁਛ ਮਿਲਿਆ ਨਹੀਂ ਫਿਰ ਭੱਜ ਕੇ ਚਲਾ ਗਿਆ ਆਮ ਆਦਮੀ ਪਾਰਟੀ 'ਚ, ਆਮ ਆਦਮੀ ਪਾਰਟੀ 'ਚ ਇਹਦੇ ਸੁਪਨੇ ਪੂਰੇ ਨਹੀਂ ਹੋਏ, ਫਿਰ ਚੁੱਪ ਕਰਕੇ ਆਪਦੀ ਪਾਰਟੀ ਬਣਾ ਲਈ, ਫਿਰ ਆਪਦੀ ਪਾਰਟੀ ਤੋਂ ਬਾਅਦ ਹੁਣ ਫਿਰ ਕਾਂਗਰਸ ਚਲੇ ਗਿਆ। ਕੌਣ ਲੋ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਦਾ ਜ਼ਮੀਰ ਨਹੀਂ ਕੋਈ, ਜਿਹਨਾਂ ਦਾ ਕੋਈ ਯਕੀਨ ਨਹੀਂ ਗਿਆ, ਤੁਹਾਡੀਆਂ ਵੋਟਾਂ ਲੈ ਕੇ ਤੁਹਾਡੀਆਂ ਵੋਟਾਂ ਨੂੰ ਮੁੱਲ ਪਾ ਕੇ ਉੱਥੇ ਚਲੇ ਜਾਂਦੇ ਨੇ, ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ, ਔਰ ਇਹਨਾਂ ਲੋਕਾਂ ਨੂੰ ਕੌਣ ਵੋਟਾਂ ਪਾਉਣਗੇ? ਗਾਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਿਹੜਾ ਗੈਂਗਸਟਰ ਨਾਮ ਆ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ, ਜਿਵੇਂ ਮੰਨ ਲਓ ਜੈਪਾਲ ਆ, ਜੱਸੀ ਖਰੜ ਆ, ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਕੋਲਕਾਤਾ ਦੇ ਵਿੱਚ ਜਾ ਕੇ, ਉਹਨਾਂ ਨੂੰ ਜਿਉਂਦੇ ਵੀ ਫੜਿਆ ਜਾ ਸਕਦਾ ਸੀ? ਇਹ ਤਾਂ ਉਹਨਾਂ ਦਾ ਮਸਲਾ ਸਰਕਾਰ ਦਾ, ਸਰਕਾਰ ਜਵਾਬਦੇਹ ਹੈ ਇਹਦੇ ਲਈ, ਸਰਕਾਰ ਵਾਲਿਆਂ ਤੋਂ ਪੁੱਛੋ ਵੀ ਉਹ ਨਹੀਂ ਜਵਾਨੀ ਨੂੰ ਨਸ਼ੇ ਜਿਹੜੇ ਨਸ਼ਿਆਂ ਵੱਲ ਜਾਂ ਗੈਂਗਸਟਰ ਬਣਾਉਣ ਵੱਲ ਧੱਕ ਕੌਣ ਰਿਹਾ ਇਸ ਟਾਈਮ? ਦੇਖੋ ਦੇਖੋ, ਕਾਂਗਰਸ ਨੇ ਸਾਰੀਆਂ ਗੱਲਾਂ ਕੀਤੀਆਂ ਨੇ, ਸਰਕਾਰ ਬਣਾਈ ਸੀਗੀ ਕਿ ਅਸੀਂ ਇਹ ਨਸ਼ੇ ਖਤਮ ਕਰਾਂਗੇ, ਨਸ਼ੇ ਖਤਮ, ਹੁਣ ਨਸ਼ੇ ਡਬਲ ਕਰਤੇ, 4 ਗੁਣਾ ਕਰਤੇ, ਹਰ ਕਰਿਆਨੇ ਦੁਕਾਨ ਤੋਂ ਪੁੜੀਆਂ ਮਿਲ ਜਾਂਦੀਆਂ ਨਸ਼ੇ ਦੀਆਂ, ਬਿਲਕੁਲ, ਹੁਣ ਰਹਿ ਕੀ ਗਿਆ? ਤੋ ਇਸ ਕਰਕੇ ਗੈਂਗਸਟਰ ਵੀ ਇਹਨਾਂ ਦੇ ਆ,
ਇਹ ਗੈਂਗਸਟਰਾਂ ਦੇ ਨੇ, ਇਹਦੇ ਚ ਆਪਾਂ ਨੂੰ ਜਿਹੜਾ ਮੁੜ ਕੇ ਫਿਰ ਪਹਿਲਾਂ ਇਹਨਾਂ ਤੋਂ ਬਾਗੀ ਹੋ ਜਾਂਦਾ ਉਹਨੂੰ ਮਾਰ ਦਿੰਦੇ ਆ, ਉਹਨੂੰ ਮਾਰ ਇੰਨੀ ਗੱਲ ਹੋ ਰਹੀ ਇੱਥੇ ਕਿਹੜਾ? ਬਿਲਕੁਲ ਜਿਹੜੀ ਮਹਿੰਗਾਈ ਆ ਸਿਖਰਾਂ 'ਤੇ ਪਹੁੰਚ ਗਈ, ਡੀਜ਼ਲ ਪੈਟਰੋਲ ਜਿਹੜਾ 100 ਰੁਪਏ ਨੂੰ ਪਹੁੰਚਣ ਵਾਲਾ, ਬਸ 2-3 ਰੁਪਏ ਹੀ ਘੱਟ ਰਹਿ ਗਏ ਪੈਟਰੋਲ ਦੇ, ਡੀਜ਼ਲ ਵੀ 99 ਰੁਪਏ ਤੋਂ ਉੱਪਰ ਹੋ ਗਿਆ ਆ, ਇਹਦਾ ਕਾਰਨ ਦੋਸ਼ੀ ਕੌਣ, ਕਿਹਨੂੰ ਮੰਨਦੇ ਹੋ ਤੁਸੀਂ ਕਾਰਨ? ਦੇਖੋ ਜੀ, ਸਰਕਾਰ ਸੈਂਟਰ ਦੀ ਗੌਰਮੈਂਟ, ਪੰਜਾਬ ਗੌਰਮੈਂਟ 32 ਰੁਪਈਏ ਸੈਂਟਰ ਗੌਰਮੈਂਟ ਨੂੰ ਜਾਂਦੇ ਨੇ ਇਹਦੇ ਵਿੱਚੋਂ ਇੱਕ ਲੀਟਰ 'ਚੋਂ ਜੀ ਯਾਰ, ਉਹ 55 ਪੈਸੇ ਮੈਂ ਲੀਟਰ ਪਵਾਇਆ ਹੋਇਆ ਤੇਲ ਪੈਟਰੋਲ, 55 ਪੈਸੇ ਆਪਣੀ ਜ਼ਿੰਦਗੀ 55 ਪੈਸੇ 55 ਪੈਸੇ ਜੀ ਮੈਂ ਪਵਾਇਆ, ਤੇ ਅੱਜ ਉਹ 100 ਰੁਪਈਏ ਲੀਟਰ ਹੋ ਗਿਆ। ਬਿਲਕੁਲ, ਤੋ ਇਸ ਕਰਕੇ ਸੈਂਟਰ ਗੌਰਮੈਂਟ ਦੇ ਖਜ਼ਾਨੇ 'ਚ ਭਰ ਰਿਹਾ ਪੈਟਰੋਲ ਅਤੇ ਡੀਜ਼ਲ, ਅਤੇ ਪੰਜਾਬ ਗੌਰਮੈਂਟ ਦਾ ਖਜ਼ਾਨਾ ਭਰ ਰਿਹਾ। ਬੈਟ ਦੇ ਰੂਪ ਦੇ 6 ਰੁਪਈਏ ਇੰਨੇ ਲੈ ਰਹੇ ਨੇ, 32-33 ਰੁਪਈਏ ਇਹਨਾਂ ਨੂੰ ਮਿਲ ਰਹੇ ਨੇ। ਇਹ ਤਾਂ ਕੇਂਦਰ ਸਰਕਾਰ ਖਿਲਾਫ ਪਰਸੋਂ ਧਰਨਾ ਲਾ ਕੇ ਬੈਠੇ ਕਾਂਗਰਸ ਸਾਰੇ, ਡਰਾਮੇ ਆ ਨਾ ਡਰਾਮੇ, ਤੁਸੀਂ ਕਹਿੰਦੇ ਆਪਦਾ ਬੈਟ ਖਤਮ ਕਰ ਦਿਓ। ਬਿਲਕੁਲ, ਸਿੱਧਾ 35-36 ਰੁਪਈਏ ਸਸਤਾ ਹੋ ਜਾਣਾ ਤੇਲ। ਬਿਲਕੁਲ, ਤੁਸੀਂ ਆਪਦਾ ਬੈਟ ਤਾਂ ਖਤਮ ਨਹੀਂ ਕਰਦੇ। ਅੰਮ੍ਰਿਤਸਰ ਤੋਂ ਇੱਕ ਬੀਬੀ ਨੇ ਟੁੱਟੀ ਜਿਹੀ ਮਰੂਤੀ ਲਿਆ ਕੇ ਰੇੜੇ 'ਤੇ ਲੱਦ ਕੇ ਅਤੇ ਲਿਆ ਕੇ ਪੰਪ ਮੂਹਰੇ ਅੱਗ ਲਾਤੀ ਉਹਨੂੰ, ਕਹਿੰਦੀ ਮੈਂ ਆਪਦੀ ਗੱਡੀ ਸਾੜ ਰਹੀ ਹਾਂ। ਨਹੀਂ ਫਿਰ ਸਾੜ ਦੇਣਗੇ ਲੋਕ, ਗੱਡੀਆਂ ਤਾਂ ਲੈ ਬੈਠੇ ਆ, ਪਰ ਜਦੋਂ ਤੇਲ ਪਾਉਣ ਲਈ ਪੈਸੇ ਨਹੀਂ ਗਏ ਤਾਂ ਸਾੜਨਗੇ ਕੀ ਕਰਨਗੇ? ਨਹੀਂ, ਉਹਨਾਂ ਨੇ ਡਰਾਮਾ ਖੇਡਿਆ, ਕਾਂਗਰਸੀ ਨੇਤਾ ਸੀ ਕੋਈ ਆਗੂ ਸੀ, ਕਾਂਗਰਸੀ ਤਾਂ ਡਰਾਮੇ ਕਰਦੇ, ਮੈਂ ਤੁਹਾਨੂੰ ਪਹਿਲਾਂ ਕਿਹਾ ਇਹਨਾਂ ਡਰਾਮਾ ਹੀ ਆ ਇਹਨਾਂ ਦਾ, ਇਹਨਾਂ ਦਾ ਇਹਦੇ ਵਿੱਚ ਸੱਚ ਕੋਈ ਨੀਗਾ। ਇਹ ਹੁਣ ਆਪਦਾ ਕੋਈ ਲੋਕਾਂ ਕੋਲ ਜਾਣ ਜੋਗੇ ਤਾਂ ਹੈ ਨੀ ਗੇ, ਬਿਲਕੁਲ ਕਿਹੜੇ ਮੂੰਹ ਲੈ ਕੇ ਜਾਣ, ਬਿਲਕੁਲ ਹੁਣ ਆਪਦੀਆਂ ਮਰੂਤੀਆਂ ਸਾੜ ਲੈਣ ਚਾਹੇ ਘਰ ਸਾੜ ਲੈਣ, ਡਰਾਮੇ ਹੀ ਆ ਇਹਨਾਂ ਦੇ, ਡਰਾਮੇ ਆ। ਤੇ ਅਖੀਰ ਤੇ ਸਵਾਲ ਆ ਮੇਰਾ ਇੱਕ, ਜਿਹੜਾ MSP ਜਿਹੜੀ 72 ਰੁਪਏ ਝੋਨੇ 'ਤੇ ਵਧਾਈ ਆ, ਪਰ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ, ਕਿਸਾਨ ਕਹਿੰਦੇ ਕਿ ਡੀਜ਼ਲ ਪੈਟਰੋਲ ਦਾ ਰੇਟ ਜਿਹੜਾ ਸਿਖਰਾਂ 'ਤੇ, ਜਿਹੜਾ ਕਿਸਾਨ ਅੱਜ ਵਰਤ ਰਹੇ ਨੇ ਝੋਨਾ ਲਾ ਰਹੇ ਨੇ ਡੀਜ਼ਲ, ਉਹਦਾ ਰੇਟ 90 ਰੁਪਏ ਦੇ ਕਰੀਬ ਹੋ ਗਿਆ ਆ, ਅਤੇ ਇੱਧਰੋਂ ਜਿਹੜੇ 72 ਰੁਪਏ ਕੁਇੰਟਲ ਦੇ ਵਧਾਏ ਇਹਨਾਂ ਨੇ ਕੇਂਦਰ ਸਰਕਾਰ ਨੇ, ਅਤੇ ਕਿਸਾਨ ਕਹਿੰਦੇ ਵੀ ਮੱਕੀ ਅਤੇ ਜਿਹੜੀ ਆਪਣੀਆਂ ਮੂੰਗੀ ਆ ਉਹਦਾ ਰੇਟ ਜਿਹੜਾ 20 ਰੁਪਏ ਵਧਾਇਆ, ਪਰ ਸਾਨੂੰ ਮਿਲ ਨਹੀਂ ਰਿਹਾ ਜਿੰਨਾ ਸਮਾਂ। ਜਿਹੜਾ ਪੈਟਰੋਲ ਅਤੇ ਡੀਜ਼ਲ ਆ, 2000 ਰੁਪਈਏ ਡਰੰਮ ਮਹਿੰਗਾ ਕਰਤਾ ਇਹਨਾਂ ਜੀ, 2000 ਰੁਪਈਏ। ਬਿਲਕੁਲ, ਅਤੇ ਜੇ ਉਹਦੇ ਲਈ ਆਪਾਂ ਮੂੰਗੀ ਤਿਆਰ ਕਰਨ ਵਾਸਤੇ ਜੇ ਤੁਹਾਨੂੰ ਇਹ 4 ਡਰੰਮ ਲੱਗਦੇ ਆ ਪਾਣੀ ਦੇ 1 ਕਿਲੋ ਤਿਆਰ ਕਰਨ ਵਾਸਤੇ, ਅਤੇ ਡੀਜ਼ਲ ਲੱਗਦਾ ਉਹਦੇ 'ਤੇ 2 ਡਰੰਮ, ਅਤੇ ਜੇ ਉਹਦੇ 'ਚ ਤੁਸੀਂ 75 ਰੁਪਈਏ ਵਧਾਉਂਦੇ 2000, ਉਹ ਤਾਂ ਵਿਚਾਰੇ ਪਹਿਲੇ ਖੋੜਿਆ ਤੁਸੀਂ, ਪਹਿਲੇ ਖੋੜਿਆ। ਬਿਲਕੁਲ, ਅਤੇ ਤੁਸੀਂ ਕਿੱਥੋਂ ਕਿਸਾਨਾਂ ਦੀ ਮਦਦ ਕਰ ਰਹੇ ਜੀ ਉਹਨਾਂ ਦੀ? ਇਹ ਵੀ ਸਿਰਫ ਕਿਸਾਨਾਂ ਨੇ ਧੌਣ 'ਤੇ ਗੋਡਾ ਰੱਖਿਆ ਕਰਕੇ ਆ ਜੀ, ਉਹਨਾਂ ਕਰਕੇ ਕਰ ਰਹੇ ਜਿੰਨਾ ਵੀ ਕਰ ਰਹੇ, ਨਹੀਂ ਤਾਂ ਮੁੜ ਕੇ ਚੱਕ ਦੇਣਾ। ਬਿਲਕੁਲ, ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਨੇ ਉਹਦਾ ਫਾਇਦਾ ਲੈਣ ਵਾਸਤੇ ਇਹ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾ ਰਹੇ ਨੇ। ਕਿਸਾਨ ਦੁਖੀ ਹੋ ਕੇ ਕਰ ਰਿਹਾ, ਕਿਸੇ ਦਾ ਦਿਲ ਕਰਦਾ ਮੈਂ ਘਰੋਂ ਬਾਹਰ ਰਹਾਂ? ਬਿਲਕੁਲ ਜੀ, 6 ਮਹੀਨੇ ਉਹਨਾਂ ਨੇ ਆਪਦੇ ਸਿਰ 'ਤੇ ਠੰਡਾਂ ਵੀ ਹੰਢਾਈਆਂ, ਗਰਮੀਆਂ ਵੀ ਹੰਢਾਈਆਂ, ਬਰਸਾਤਾਂ ਵੀ ਹੰਢਾਈਆਂ, ਸੜਕਾਂ 'ਤੇ ਬੈਠੇ ਵਿਚਾਰੇ, 500 ਦੇ ਕਰੀਬ ਸ਼ਹੀਦ ਹੋ ਗਿਆ, ਸੜਕਾਂ 'ਤੇ ਬੈਠੇ ਨੇ, ਕਿਸੇ ਦਾ ਦਿਲ ਕਰਦਾ? ਬਿਲਕੁਲ, ਇਹਨੂੰ ਕਹੋ ਮੋਦੀ ਨੂੰ ਜਾ ਕੇ 10 ਦਿਨ ਕੱਢ ਕੇ ਦੇਖ ਲਵੇ। ਇਸ ਕਰਕੇ ਇਹ ਤਾਂ ਡਰਾਮੇ ਆ, ਡਰਾਮੇ ਜਿੰਨੇ ਮਰਜ਼ੀ ਕਰ ਲੈਣ, ਹੁਣ ਇਹ ਬਚਣਾ ਹੈ ਨਹੀਂ ਤੁਹਾਨੂੰ ਦੱਸਿਆ ਜੀ, ਚਾਹੇ ਮਾਂ ਦਾਲ ਦਾਨ ਕਰ ਲੈਣ, ਚਾਹੇ ਸਿੱਕਾ ਦਾਨ ਕਰ ਲੈਣ, ਚਾਹੇ ਗਊਆਂ ਦਾਨ ਕਰਨ, ਬਚਣਾ ਕੋਈ ਨਹੀਂ। 2022 ਦੇ ਵਿੱਚ ਅਖੀਰਲਾ ਸਵਾਲ ਮੇਰਾ, 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਕਿੰਨੀਆਂ ਸੀਟਾਂ 'ਤੇ ਜਿੱਤੇਗਾ? ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ 100+ ਜਿੱਤੂਗੀ ਜੀ, 100 ਤੋਂ ਵੱਧ ਸੀਟਾਂ ਨਾਲ ਸਰਕਾਰ ਬਣਾਊਗੀ ਜੀ।